डीजीएमसी वेख रहे सारे दर्शकों का मैं बलजीत बहुत बहुत स्वागत करता हाँ। तो अज आप दिव्यांग खिडारी टी ट्वेंटी कप में पहुँच गए हैं। तो आओ आप कुछ दिव्यांग खिडारियों गलबात साझी करते हाँ। हूँ साढ़े पंजाब दिव्यांग की टीम जुड़ चुकी है, तो आओ आप कुछ इन्हों गल करते हैं। मेरे वालों पहला सारे प्यार भरी सत श्रीकाल जी। सत श्रीकाल जी। तो तुहानू इस मुकाम ते पहुंचने लई किहड़ियां चुनौतियां दा सामना करना पिया जी? बहुत सारिया चुनौतियां इहो जिहियां जिहड़ियां बयान भी नहीं कीतियां जा सकदियां, इहो जिहियां चुनौतियां वा। क्योंकि सब तो पहला तो सानू इदां हुंदा वे कि असीं दिव्यांग हुंदे होए भी ये जिहड़ी अचीवमेंट करदे आ उहनू लै के लोग हासी हादसे च लै जाते हैं। तुसीं इहनू किदां खेड सकदे हो कि नॉर्मल लोग जिदा खेड़ते हैं उस तरह सानू ये ट्रीटमेंट नहीं किया जाता। एक चुनौती बहुत वड्डी हुंदी आ, जिस तरह नॉर्मल लोगों को ट्रीट किया जाता साडे नाल वो ट्रीट नहीं किया जाता। ये भी चुनौतियां बहुत वड्डियां होंदियां। इस सारी चुनौतियों लंघ के जे असीं कुछ करना भी चाहते हैं लोग मखौल च लै जाते हैं कि तुसीं तो इदां हो, तुसीं उदां हो, तुसीं किदां करोगे। ठीक है ना, ठीक है ना। हुण साडे नाल देखो मेरे तो भी ज़्यादा हैंडीकैप्ट है बाबा जी, अगे आओ आओ तुसीं इन्हां नूं पुछ सकदे हो बेकायदा भी इन्हां नूं देखो भी एक लत्त तों डंडे दे सहारे नाल चलदे आ किदां खेडदे आ। इन्हां वास्ते एक बड़ी वड्डी चुनौती हो सकदी है खेडण दे वास्ते भी एक तुसीं बॉल समझदे हो ना नॉर्मल बॉल किदां खेडे आम क्रिकेट विच खेलदे आ उह हार्ड हुंदी आ उह लोक उस टीम लै के लिए तेरे लग जूगी तेरे इह हो जूगा तेरा सट लग जूगी तू तू आराम नाल घर बहि तेरे तो कुछ होना नहीं है। पर देखो फिर भी उस जज्बे नूं लै के किन्ने नूं लै के असीं सब कुछ करदे पए तुहाडे सामने अज असीं खड़े हाँ। ठीक है ना, तुसीं आप इन्हां नूं पुछ सकदे हो जी। तुहाडा नाम की? बलकरण सिंह है जी मेरा नाम। ਤੇ ਤੁਹਾਨੂੰ ਜੇ ਤੁਸੀਂ ਇਹ ਸ਼ੁਰੂ ਕੀਤਾ ਤਾਂ ਪਹਿਲਾਂ ਕਿੰਨਾ ਕੁ ਔਖਾ ਜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ? ਸਾਰੀ ਮੁਸ਼ਕਿਲਾਂ ਦਾ ਬਹੁਤ ਸਾਹਮਣਾ ਕਰਿਆ ਜਦੋਂ ਬਚਪਨ ਦੇ ਵਿੱਚ ਹੀ ਮੇਰਾ ਬਰਾਦਰ ਹੋਰੀ ਅਤੇ ਪਿੰਡ ਟੂਰਨਾਮੈਂਟ ਖੇਡਦੇ ਹੁੰਦੇ ਸੀ ਉਹਨਾਂ ਵਿੱਚ ਮੈਂ ਖੇਡਦਾ ਹੁੰਦਾ ਸੀਗਾ। ਅਤੇ ਤਕਰੀਬਨ 2003-04 ਤੋਂ ਲੈ ਕੇ ਮੈਂ ਇਹ ਮੈਚ ਖੇਡ ਰਿਹਾ ਹਾਂਗਾ। ਤਕਰੀਬਨ ਮੈਨੂੰ ਪੰਜਾਬ ਟੀਮ ਦੇ ਵਿੱਚ ਸ਼ਾਮਿਲ ਹੋਣ ਲਈ ਮੈਨੂੰ ਤਕਰੀਬਨ 6-7 ਮਹੀਨੇ ਹੋਏ ਨੇਗੇ। ਅਤੇ ਇਸ ਲਈ ਤਾਂ ਮੈਨੂੰ ਬੜੇ ਲੋਕ ਕਹਿੰਦੇ ਨੇ ਵੀ ਤੂੰ ਤੇਰੇ ਬਾਲ ਬੋਜੂਗੀ ਇੰਨੀ ਬਾਲ ਭਾਰੀ ਆ। ਤਕਰੀਬਨ ਮੈਂ ਪਹਿਲਾਂ ਹੀ ਬਾਲ ਤੋਂ ਇਸ ਨਾਲ ਖੇਡਦਾ ਰਿਹਾ ਜੀ। ਇਸ ਚੀਜ਼ ਨੂੰ ਲੈ ਕੇ ਵੀ ਹੁਣ ਫਿਰ ਅਸੀਂ ਅੱਗੇ ਹੋਰ ਮਿਹਨਤ ਕਰਦੇ ਪਏ ਹਾਂ ਸਾਰੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਹਰ ਸ਼ਹਿਰ ਤੋਂ ਅਸੀਂ ਬੰਦਿਆਂ ਨੂੰ ਬੱਚਿਆਂ ਨੂੰ ਜਿਹੜੇ ਪਲੇਅਰ ਵਾਸਤੇ ਕੀ ਕੀਤਾ ਅਸੀਂ ਆਪਣੇ ਜਿਹੜੇ ਆ ਸੈਂਪਲ ਪੈਂਪਲੈਂਟ ਕੀਤੇ ਫੇਸਬੁੱਕ 'ਤੇ ਅਪਲੋਡ ਕੀਤਾ ਵਟਸਐਪ 'ਤੇ ਮੈਸੈਂਜਰ 'ਤੇ ਜਿੰਨਾ ਵੀ ਲੋਕਾਂ ਨੂੰ ਅਸੀਂ ਜਿੰਨਾ ਇਨਕਰੇਜ ਕਰਦੇ ਕੀਤਾ ਉਸ ਚੀਜ਼ ਨੂੰ ਲੈ ਕੇ ਫਿਰ ਅੱਜ ਅਸੀਂ ਇਸ ਉਪਲਕਸ਼ 'ਤੇ ਬਹੁਤ ਬਹੁਤ ਅੱਜ ਗੁਰਪ੍ਰੀਤ ਸੋਨੀ ਜੋ ਸਾਡੇ ਨਾਲ ਇਹਨਾਂ ਨੇ ਔਰਗਨਾਈਜੇਸ਼ਨ ਇਹ ਟੂਰਨਾਮੈਂਟ ਕਰਾਇਆ ਵਾ ਦੇਖ ਰੇਖ ਦੇ ਵਿੱਚ ਮਾਤਾ ਗੁਜਰੀ ਕਾਲਜ ਦੇ ਵਿੱਚ ਅਤੇ ਇਹਨਾਂ ਨੇ ਬਕਾਇਦਾ ਕਿੱਦਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਤੁਸੀਂ ਇਹਨਾਂ ਨਾਲ ਵੀ ਗੱਲ ਕਰਦੇ ਹੋ ਕਿਸ ਤਰ੍ਹਾਂ ਇਹਨਾਂ ਨੂੰ ਫੇਸ ਕਰਨਾ ਪਿਆ ਇਹ ਟੂਰਨਾਮੈਂਟ ਕਰਾਉਣ ਲਈ ਵਾਸਤੇ? ਤੁਹਾਨੂੰ ਲੋਕਾਂ ਕੋਲ ਕਿੰਨੀ ਕੁ ਸਹਾਇਤਾ ਮਿਲੀ ਜੀ? ਹਾਂਜੀ, ਮੇਰਾ ਨਾਮ ਸੋਨੀ ਸੋਤਾ ਅਤੇ ਮੈਂ ਪੰਜਾਬ ਟੀਮ ਦਾ ਕੈਪਟਨ ਹਾਂ। ਸਹਾਇਤਾ ਤਾਂ ਰਹੀ ਗੱਲ ਇਹ ਇੱਕ ਤਰ੍ਹਾਂ ਦੀ ਮਤਲਬ ਕਿ ਹੁਣ ਹਰੇਕ ਮਤਲਬ ਕਿ ਬੰਦੇ ਨੂੰ ਜਾ ਕੇ ਮਿਲਣਾ ਪੈਂਦਾ। ਮੈਂ ਨੋਰਮਲ ਸੀਗਾ, ਇਹ ਮੇਰਾ 2012 ਦੇ ਵਿੱਚ ਐਕਸੀਡੈਂਟ ਹੋ ਗਿਆ ਸੀਗਾ, ਮੰਡੀ ਗੋਬਿੰਦਗੜ੍ਹ ਮਿਲ ਦੇ ਵਿੱਚ ਹੱਥ ਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਪਤਾ ਲੱਗਿਆ ਡਿਸੇਬਲ ਦੀ ਟੀਮ ਆ, ਪੰਜਾਬ ਦੀ ਆ, ਇੰਡੀਆ ਦੀ ਟੀਮ ਆ। ਪਹਿਲਾਂ ਪੰਜਾਬ ਵੱਲੋਂ ਖੇਡਿਆ ਅਤੇ ਹੁਣ ਵੀ ਪੰਜਾਬ ਦੇ ਆਪਣਾ ਮੈਂ ਕੈਪਟਨ ਕਰ ਰਿਹਾ। ਅਤੇ ਆਪਣੇ ਜਿੰਨੇ ਵੀ ਆਪਣੇ ਸਾਰੇ ਪਲੇਅਰ ਨੇ ਇਹ ਸਾਰਿਆਂ ਦਾ ਸਾਥ ਬਹੁਤ ਆ ਆਪਣੇ ਨਾਲ, ਸਾਰੇ ਪਲੇਅਰ ਵਧੀਆ ਨੇ। ਅਸੀਂ ਹੁਣ ਹਰਿਆਣਾ ਟੀਮ ਨਾਲ ਜੁੜ ਚੁੱਕੇ ਹਾਂ ਅਤੇ ਹੁਣ ਇਹਨਾਂ ਦੇ ਕੁਝ ਵਿਚਾਰ ਜਾਣਦੇ ਹਾਂ। ਅਤੇ ਪਹਿਲਾਂ ਤਾਂ ਮੈਂ ਬਹੁਤ ਬਹੁਤ ਸਵਾਗਤ ਕਰਦਾ ਕਿ ਤੁਸੀਂ ਇਸ ਸ਼ਹੀਦਾਂ ਦੀ ਧਰਤੀ 'ਤੇ ਆਏ। ਧੰਨਵਾਦ ਜੀ, ਥੈਂਕ ਯੂ। ਤੁਸੀਂ ਪੰਜਾਬ 'ਚ ਪਹਿਲੀ ਵਾਰ ਆਏ ਹੋ? ਹਾਂ, ਇਸ ਸਾਈਡ ਮੈਂ ਪਹਿਲੀ ਵਾਰ ਆਏ, ਪਹਿਲਾਂ ਗਏ ਉੜੇ, ਪਹਿਲਾਂ ਪੰਚਕੂਲਾ ਵੀ ਗਏ ਉੜੇ, ਕਈ ਜਗ੍ਹਾ ਗਏ ਹਾਂ ਵੀ ਹਮ, ਲੁਧਿਆਣਾ ਵੀ ਗਏ ਤੇ, ਲੇਕਿਨ ਹਮ ਯਹਾਂ ਪੇ ਪਹਿਲੀ ਵਾਰ ਆਏ ਫਤਿਹਗੜ੍ਹ ਸਾਹਿਬ ਮੈਂ। ਅਤੇ ਫਤਿਹਗੜ੍ਹ ਸਾਹਿਬ ਆ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ? ਨਹੀਂ, ਹਮਕੋ ਬਹੁਤ ਅੱਛਾ ਮਹਿਸੂਸ ਹੋ ਰਿਹਾ। ਹਮ ਆਪਣੇ ਆਪ ਕੋ ਬਹੁਤ ਹੀ ਭਾਗਯਸ਼ਾਲੀ ਸਮਝ ਰਹੇ ਕਿ ਐਸੀ ਸੌਭਾਗਯ ਜ਼ਮੀਨ ਪੇ ਹਮਕੋ ਆਨੇ ਕਾ ਮੌਕਾ ਮਿਲਾ। ਯਹਾਂ ਪੇ ਬੜੇ ਬੜੇ ਇਤਿਹਾਸਾਂ 'ਚ ਗਏ ਹੈ ਔਰ ਹਮਕੋ ਕ੍ਰਿਕਟ ਕੇ ਮਾਧਿਅਮ ਸੇ ਯਹਾਂ ਪੇ ਆਨੇ ਕਾ ਮੌਕਾ ਮਿਲਾ, ਤੋ ਹਮ ਆਪ ਕੋ ਬਹੁਤ ਖੁਸ਼ਕਿਸਮਤ ਸਮਝ ਰਹੇ ਹੈ। ਸਰ ਕਿੰਨੀਆਂ ਪ੍ਰੋਬਲਮਾਂ ਸਾਹਮਣਾ ਕਰਨਾ ਪਿਆ? देखो प्रॉब्लम तो बहुत झेली है हमने यहाँ तक आने में, लेकिन उन प्रॉब्लम का जितनी भी हमने प्रॉब्लम झेली है उसका जो आज रिजल्ट है वो बहुत अच्छा रिजल्ट है। आपके सामने देखो वर्ल्ड कप होने वाला है, 2 अगस्त से वर्ल्ड कप चालू है इंग्लैंड में। तो जब हम स्टार्टिंग गई थी, क्रिकेट स्टार्टिंग की थी, तो लोग हमको हमारे गाँव में भी यही कहते थे, भाई तू क्या क्रिकेट खेलेगा, क्या नहीं खेलेगा, हंसते थे लोग देख के। लेकिन आज हम उस मुकाम पर पहुँचे कि लोग हमको देखते हैं तो हमको प्राउड ऑफ अपने आप को महसूस करते हैं कि हमारे बच्चे भी हमको हमारा वो देते हैं, हमारा इंट्रोडक्शन देते हैं अपने बच्चों से कि इन जैसे बनो, देखो इनके हाथ पैर नहीं है और इतना अच्छा खेल रहे हैं, अपना गांव का, अपना शहर का, अपना देश का नाम रोशन कर रहे हैं, इनसे आप कुछ सीखिए, आप भी ऐसे बनिए। तो आज लोग हमको पहचान रहे, जान रहे और हमारी जो हमने जो मेहनत की है उसको पहचान रहे हैं लोग।
थोड़े गांव के लोग कितनी सपोर्ट करते हैं थोनू? नहीं, पहले तो स्टार्टिंग में वो भी हंसते थे देख के, भाई क्या क्रिकेट होता है इनको, उनको पता नहीं थी, गलती उनकी भी नहीं है, उनको पता भी नहीं था, गांव में लोग खिलाते नहीं थे। लेकिन जैसे जैसे हमने अपने आप को आगे बढ़ाया, क्रिकेट खेली हमने, अपना प्रदर्शन हमने उनको दिखाया, तो गाँव की टीमों भी खेलते थे, सभी गाँव की टीम से ही खेलते थे पहले तो, जनरल टीम में खेलते हैं सभी, और अब तो हम पे बहुत गर्व महसूस करते हैं, भाई हमारा गाँव का लड़का बाहर खेलने के लिए जाता है, नेशनल खेल रहा है, इंटरनेशनल खेल रहे हैं, तो बहुत हमको अपने आप पे गर्व महसूस होता है। धन्यवाद थोड़ा कि तुम अपना सारा एक्सपीरियंस शेयर किया। हिमाचल टीम नाल कुछ गल्लां करते हैं। पहला तो मैं बहुत बहुत स्वागत करता हाँ कि पंजाब की धरती से आए। धन्यवाद जी। तो तुहानू पंजाब की धरती का किदां दा महसूस हो रहा है? बहुत अच्छा लग रहा है, यहाँ पर जो मेहमान नवाजी की गई है काफ़ी अच्छा लग रहा है। हम काफ़ी समय से और भी टूर किए हैं दूसरे राज्यों के भी, हिमाचल के साथ हमारा काफ़ी अच्छा जो रिलेशन रहा है। हिमाचल की टीम जब हिमाचल और पंजाब की टीम लगभग साथ खेलना शुरू किया था, आज हिमाचल और पंजाब दोनों अच्छा खेल रहे हैं, तो इसके लिए हमें बहुत अच्छा लग रहा है और यहाँ पे आके अच्छा लगता है, अपने साथियों से मिलके अच्छा लगता है। कितनी खुशी है जी अंदर? बहुत खुशी है जी, हम पुराने साथी है, सोनी सोहता है, ये सभी हमारे साथ खेले हुए स्टार्टिंग से, तो अच्छा लगता है जब सारे मिलते हैं, खेलते हैं, अच्छा कंपटीशन है, हर बार टीम में कुछ नए चेंजेस आते हैं, हर बार टीम कुछ अच्छा करती है, इम्प्रूव करती है, तो बहुत अच्छा लगता है। जिमें कि हम तुम एक अपनी टीम बनाई तो थोड़ी इस कोई सरकार मदद करती है या नहीं? देखिए जी, शुरू में तो हर जगह से अकेले स्टार्ट करना होता है, हमारी टीम ने भी 2010 में जो है स्टार्ट किया था, 4-5 खिलाड़ी थे, फिर धीरे धीरे बढ़ के अभी हमारी टीम में लगभग 60-70 खिलाड़ी है, उसमें से चुन के ही 12-15 खिलाड़ी यहाँ पे आते हैं। लेकिन गवर्नमेंट की तरफ से देखा जाए तो अभी खास कुछ ऐसी मदद है नहीं, एनजीओज वगैरह और अन्य लोग जो है जुड़ते हैं, सहायता करते हैं, उसी के बल पे हम इधर आते हैं। गवर्नमेंट की तरफ से अभी तक कोई सहायता नहीं मिली हमारे को। तो कितना महसूस होया कि मैंने ये गेम खेलनी चाहिए या मैं आगे बढ़ना चाहिए, तुम्हारे पहला दिमाग की आया? सबसे पहले तो मुझे जब पता लगा तो मैं बहुत खुश हुआ कि हम भी देश से जुड़े हैं ये क्रिकेट की वजह से, नहीं तो लोग के माइंड में ऐसा रहता कि फिजिकली चैलेंज है, ये कुछ नहीं कर सकते, देश के विकास में सहयोग नहीं दे सकते। हमें बड़ा अच्छा लगा जब पता चला कि नहीं, नेशनल लेवल पे भी हो रहे हैं और डोमेस्टिक क्रिकेट भी हो रहे हैं, तो बहुत अच्छा लगा यहाँ आके। और मैं आगे यही चाहूँगा कि हमारे माननीय मुख्यमंत्री जी हमारी हेल्प करें, क्योंकि हमें आने जाने में बहुत खर्चा करना पड़ता है अपना, तो हमें एनजीओ या किसी से स्पॉन्सर करना पड़ता है, वो भी वो श्योर नहीं होता कि वो हमें पैसा देंगे या नहीं, नहीं तो हमें अपने खर्चे पे ही इधर आना पड़ता है। तो मैं ये चाहता हूँ कि हमें हमारे माननीय मुख्यमंत्री जी मदद करें। ओके सर, मैं भी यही ख्वाहिश करता कि थोड़ी सरकार मदद करे तो तुम अगे लवे, तो क्योंकि मोटिवेशनल काम कर रहे हो ता कि जो नौजवान नशे में छड़ के इधर प्रेरित हो। तुम अपने भविष्य में अपने आप को कितने देखना चाहते हो? मैं इंटरनेशनल खेलना चाहता हूँ और मैं इसके लिए बहुत प्रैक्टिस कर रहा हूँ, दिन रात मेहनत कर रहा हूँ। किन्ना क अभ्यास करते हो या किन्नी क मेहनत या थोड़ा किन्नी क प्रॉब्लम का सामना करना पैंता? थोड़ा प्रॉब्लम तो काफ़ी है क्योंकि हमारे वहाँ ग्राउंड की दिक्कत है, काफ़ी दूर जाना पड़ता है, 1-2 घंटे तो प्रैक्टिस डेली की करनी पड़ती है। ते थोड़ी लोग किन्नी की सहायता करते? अभी तो फ्रेंड्स वगैरह कर रहे हैं, बाकी अपने खर्चे पे, सारा खुद के खर्चे पे, छोटी मोटी जॉब भी है मेरी उसके भी दम पे है सब। सर बहुत बहुत धन्यवाद थोड़ा कि तुम अपने सारे दर्शकों को दसिया कि तुम कि वह काम कर रहे हो जो कि कभी कर नहीं सकते, तुम बहुत मोटिवेशनल काम कर रहे हो, तो थोड़ा सारा बहुत बहुत धन्यवाद। तुम अजे इतने खेडन आए हो तो तुम्हें किस तरह का महसूस हो रहा जी? महसूस तो इस तरह हो रहा जी भी साढ़े लिए खेड आ साडा माँ प्यो ही है, गल महसूस की है भी असं लोगों को दिखाना चाहते हैं भी असी किसी पर बोझ बन के नहीं रहना चाहते, तो जानि आप दे वालों असी 100% दूजियां असी आपका एफर्ट देना चाहते हैं। महसूस साडा यह है भी असं बहुत आपदे आप समझते हैं भी असं पंजाब लैवल पर खेडते हैं, महसूस तो साडा इस तरह ही है भी असं यह गेम नाल जुड़े हुए हैं, तो यह गेम नाल अगे भी जुड़े रहेंगे। जिहड़े बंदे हुण नशियां लई तुर गए आ जी, जिमें मान लो दो लत्तां वाले बंदे जां नॉर्मल बंदे आ जिहड़े, वह नशियां लई तुर गए, वह सानू देख के ये गल महसूस करनगे भी हाँ दो लत्तां वाले तां असीं तां खेडदे ही खेडदे हां, ते जणदी ये हैंडीकैप्ट हो के इन्ना जज्बा दिखा रहे आ जां कुछ भी जणदी एक्सट्रा एफर्ट ला रहे आ, ठीक है, तो उन्हां नूं साडे कोलों कुछ ना कुछ सिखणा चाहीदा, पर सानू यही आ उम्मीद भी जणदी इत्थों उठ के असीं गांह भी होर भी करांगे, तरक्की करन दी कोशिश करांगे, पर साडे नाल कुछ बंदे सहमत होने चाहिए आ, दो लत्तां वाले भी जांदे आम तौर पर भी जिहड़े हैंडीकैप्ट ना होण, उन्हां भी सानू उन्हां दा भी सहयोग जरूरी है, कल्ले तां असीं भी कुछ नहीं कर सकदे। सहयोग मैनूं लगदा तुहानूं सहयोग बहुत मिलेगा क्योंकि तुहाडी हिम्मत नूं देख के हर एक प्रेरित होगा, सहयोग भी देणगे। हां जी,
ਇਹ ਗੱਲਾਂ ਹੁੰਦੀਆਂ ਨਾ ਜਿਹੜੀਆਂ ਜੀ ਜਿਹੜੇ ਤੁਸੀਂ ਸਹਿਯੋਗ ਦੀ ਗੱਲ ਕਰ ਰਹੇ ਹੋ ਇਹ ਸਿਰਫ ਔਨ ਦਾ ਸਪੋਟ ਹੁੰਦੀਆਂ ਜੀ ਜਦੋਂ ਕੋਈ ਟੂਰਨਾਮੈਂਟ ਹੁੰਦਾ ਜੀ ਜਾਂ ਕੋਈ ਸਾਨੂੰ ਸਿਰਫ ਉਸ ਨਜ਼ਰ ਨਾਲ ਦੇਖਿਆ ਜਾਂਦਾ ਵੀ ਹਾਂ ਇੱਕ ਇਹ ਦਿਆ ਦੇ ਪਾਤਰ ਆ ਅਸੀਂ ਦਿਆ ਦੇ ਪਾਤਰ ਬਣ ਕੇ ਲੋਕਾਂ ਦੇ ਵਿੱਚ ਵਿਚਰਨਾ ਨਹੀਂ ਚਾਹੁੰਦੇ ਸਾਡੇ ਜਿਹੜੇ ਹੱਕ ਆ ਉਹ ਸਾਨੂੰ ਪੰਜਾਬ ਸਰਕਾਰ ਦੇਵੇ ਜਾਂ ਜੋ ਕੁਛ ਵੀ ਆ ਜਾਣ ਦੀ ਅੱਗੇ ਹੋ ਕੇ ਸਾਨੂੰ ਆ ਕੇ ਜਾਣ ਦੀ ਸਾਨੂੰ ਸਪੋਰਟ ਕਰਨ ਵੀ ਸਾਨੂੰ ਦਿਆ ਦੀ ਪਾਤਰ ਨਾ ਦੇਖਣ ਜਿਵੇਂ ਤੁਸੀਂ ਸਰਕਾਰ ਦੀ ਗੱਲ ਕੀਤੀ ਤੁਸੀਂ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਸਰਕਾਰ ਤੋਂ ਅਸੀਂ ਇਹ ਉਮੀਦ ਰੱਖਦੇ ਹਾਂ ਵੀ ਜੇ ਸਾਡੀ ਪੰਜਾਬ ਦੀ ਟੀਮ ਹੈਗੀ ਆ ਹੈ ਨਾ ਅਤੇ ਇੱਥੇ ਇੱਕ ਹੀ ਪੰਜਾਬ ਅਨਾਊਂਸ ਕਰੇ ਉਸ ਟੀਮ ਨੂੰ ਉਹ ਡਿਸਬਿਲਟੀ ਵਾਲਿਆਂ ਨੂੰ ਅਨਾਊਂਸ ਕਰੇ ਅਤੇ ਉਹੀ ਜਾਣ ਦੀ ਅੱਗੇ ਲਿਆਵੇ ਉਹ ਸਾਡੇ ਲਈ ਕੁਛ ਫੰਡ ਰਿਕਮੈਂਡ ਕਰੇ ਜਾਂ ਕੁਛ ਹੋਰ ਕਰੇ ਸਾਨੂੰ ਫੰਡ ਦੀ ਵੀ ਪ੍ਰੋਬਲਮ ਆ ਸਾਰੇ ਕਹੇ ਦੀ ਆਪ ਹੀ ਕਰ ਰਹੇ ਹਾਂ ਜੀ ਅਸੀਂ ਫੰਡ ਦੇ ਵਿੱਚ ਇਹ ਆ ਜਾਂਦਾ ਜ਼ਰੂਰੀ ਨਹੀਂ ਹੈਗਾ ਵੀ ਫੰਡ ਕਈ ਹੁਣ ਟੀਮਾਂ ਬਣਦੀਆਂ ਆ ਮੂਹਰੇ ਆ ਕੇ ਫੰਡ ਉਹ ਲੈ ਜਾਂਦੇ ਆ ਹੈਂਡੀਕੈਪਟ ਕੋਟੇ ਦੇ ਆ ਜਾਂਦੇ ਆ ਹੈਂਡੀਕੈਪਟ ਕੋਟੇ 'ਚ ਸਭ ਕੁਛ ਕਰੀ ਜਾਂਦੇ ਆ ਜੀ ਉਹ ਮੂਹਰੇ ਆ ਕੇ ਜੀ ਮੈਂ ਉਮੀਦ ਕਰਦਾ ਕਿ ਤੁਹਾਡੀ ਇਸ ਮਿਹਨਤ ਦਾ ਫਲ ਜ਼ਰੂਰ ਪਵੇ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੀ ਚੁਣੌਤੀਆਂ ਤਾਂ ਬਹੁਤ ਨੇ ਜੀ ਸਨ ਕਿਉਂਕਿ ਸਾਡੀ ਕੋਈ ਹੈਲਪ ਵੀ ਨਹੀਂ ਕਰਦਾ ਅਤੇ ਇਸ ਲਈ ਘਰ ਤੋਂ ਹੀ ਪ੍ਰੋਬਲਮ ਹੈਗੀ ਫਿਰ ਵੀ ਅਸੀਂ ਟਾਈਮ ਕੱਢ ਕੇ ਪ੍ਰੈਕਟਿਸ ਲਈ ਜਾਂਦੇ ਹਾਂ ਅਤੇ ਆਪਦਾ ਪੂਰਾ ਐਫਰਟ ਦਿੰਦੇ ਹਾਂ ਬਾਕੀ ਸਭ ਕੁਛ ਠੀਕ ਹੈ ਜੀ ਘਰ ਦੀ ਸਪੋਰਟ ਹੈਗੀ ਤੁਹਾਨੂੰ ਪੂਰੇ ਘਰ ਦੀ ਬਸ ਸਪੋਰਟ ਹੈਗੀ ਹੈ ਠੀਕ ਠਾਕ ਹੀ ਹੈ ਜੀ ਬਸ ਕਹਿੰਦੇ ਆ ਕਿਉਂਕਿ ਕੰਮ ਵੀ ਕਰਨਾ ਪੈਂਦਾ ਆਪਦਾ ਸਭ ਕੁਛ ਕਰਨਾ ਪੈਂਦਾ ਗੇਮ ਵੀ ਖੇਡਣੀ ਪੈਂਦੀ ਹੈ ਸਭ ਕੁਛ ਚਾਲੂ ਰੱਖਣਾ ਪੈਂਦਾ ਸਾਡੇ ਨਾਲ ਹੁਣ ਰਵੀ ਚੌਹਾਨ ਜੀ ਜੁੜ ਚੁੱਕੇ ਹਨ ਅਤੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਥੇ ਮਾਤਾ ਗੁਜਰੀ ਕਾਲਜ 'ਚ ਤੁਸੀਂ ਆਏ ਧੰਨਵਾਦ ਆਪਕਾ ਧੰਨ ਇਹ ਫਤਿਹਗੜ੍ਹ ਸਾਹਿਬ ਕੇ ਅੰਦਰ ਜੋ ਇਹ ਟੂਰਨਾਮੈਂਟ ਹੋ ਰਹਾ ਹੈ ਪਹਿਲੀ ਵਾਰ ਪੰਜਾਬ ਮੇਂ ਇੱਕ ਐਸਾ ਟੂਰਨਾਮੈਂਟ ਹੋ ਰਹਾ ਹੈ ਔਰ ਮੈਂ ਪੰਜਾਬ ਫਿਜ਼ੀਕਲੀ ਚੈਲੇਂਜ ਕ੍ਰਿਕਟ ਐਸੋਸੀਏਸ਼ਨ ਕੋ ਇਸਕੇ ਲਈ ਵਧਾਈ ਦੇਣਾ ਚਾਹੂੰਗਾ ਬਹੁਤ ਬਹੁਤ ਵਧਾਈ ਤੁਹਾਨੂੰ ਵੀ ਜੀ ਜਤਿਨ ਮੇਰੇ ਸਾਥ ਮੇਂ ਖੜਾ ਹੁਆ ਹੈ ਸੋਨੀ ਹੈ ਇਨ ਲੜਕੋਂ ਕੀ ਕਾਫੀ ਮਿਹਨਤ ਹੈ ਇਸ ਟੂਰਨਾਮੈਂਟ ਕੋ ਕਰਾਨੇ ਕੇ ਲੀਏ ਔਰ ਪਹਿਲੀ ਵਾਰ ਪੰਜਾਬ ਮੇਂ ਇਹ ਤੀਨ ਟੀਮੋਂ ਕਾ ਜੋ ਹੈ ਟੂਰਨਾਮੈਂਟ ਹੋ ਰਹਾ ਹੈ ਹਿਮਾਚਲ ਹਰਿਆਣਾ ਔਰ ਪੰਜਾਬ ਔਰ ਆਪ ਦੇਖ ਰਹੇ ਹੋਗੇ ਕਿਸ ਤਰੀਕੇ ਸੇ ਬੱਚੇ ਖੇਲ ਰਹੇ ਜਿਨਕੇ ਇੱਕ ਹੱਥ ਨਹੀਂ ਹੈ ਉਹ ਵੀ ਬੈਟਿੰਗ ਕਰ ਰਹੇ ਹੈ ਬੋਲਿੰਗ ਕਰ ਰਹੇ ਹੈ ਕਾਫੀ ਲਈ ਤਾਰੀਫ ਬਾਤ ਹੈ ਔਰ ਇੰਡੀਆ ਕੇ ਅੰਦਰ 28 ਸਟੇਟੋਂ ਮੇਂ ਇਹ ਕ੍ਰਿਕਟ ਚੱਲ ਰਹਾ ਹੈ ਅਭੀ ਹਮਾਰਾ ਨੋਰਮਲ ਵਰਲਡ ਕੱਪ ਕੇ 15 ਦਿਨ ਬਾਅਦ ਵਰਲਡ ਕੱਪ ਹੈ ਜੋ ਕਿ 2 ਅਗਸਤ ਸੇ ਲੈ ਕੇ 16 ਅਗਸਤ ਤੱਕ ਲੰਡਨ ਮੇਂ ਹੋ ਰਹਾ ਹੈ ਔਰ ਇੰਗਲੈਂਡ ਕ੍ਰਿਕਟ ਬੋਰਡ ਜੋ ਹੈ ਇਸਕੋ ਔਰਗਨਾਈਜ਼ ਕਰ ਰਹਾ ਹੈ ਬੜੀ ਅੱਛੀ ਬਾਤ ਹੈ ਇਨ ਬੱਚੋਂ ਕੇ ਲੀਏ ਮੇਰੇ ਖੁਸ਼ਖਬਰੀ ਹੈ ਕਿਉਂਕਿ ਇਹ ਪਹਿਲੀ ਵਾਰ ਜੋ ਹੈ ਵਰਲਡ ਕੱਪ ਹੋ ਰਹਾ ਹੈ ਫਿਜ਼ੀਕਲੀ ਹੈਂਡੀਕੈਪਡ ਖਿਲਾੜੀਓ ਕਾ ਔਰ ਭਾਰਤ ਕੀ ਜੋ ਟੀਮ ਹੈ ਉਹ ਬਹੁਤ ਮਜ਼ਬੂਤ ਟੀਮ ਹੈ ਲਗਾਤਾਰ ਅਭੀ ਟ੍ਰਾਇਲਸ ਚਲੇਂਗੇ 1 ਤਾਰੀਖ ਸੇ ਤੋ ਜੋ ਵੀ ਬੱਚਾ ਅੱਛਾ ਹੋਗਾ ਉਸਕੋ ਭਾਰਤੀਯ ਟੀਮ ਮੇਂ ਜਗ੍ਹਾ ਮਿਲੇਗੀ ਔਰ ਇੱਕ ਅੱਛੀ ਭਾਰਤੀਯ ਟੀਮ ਤਿਆਰ ਹੋ ਕੇ ਵਹਾਂ ਪਰ ਖੇਲਨੇ ਕੇ ਲੀਏ ਜਾਏਗੀ ਔਰ ਉਮੀਦ ਨਹੀਂ ਵਿਸ਼ਵਾਸ ਵੀ ਹੈ ਕਿ ਹਮ ਲੋਕ ਵਰਲਡ ਕੱਪ ਜ਼ਰੂਰ ਜਿੱਤ ਕੇ ਆਏਗੇ ਜਿਵੇਂ ਹੁਣ ਸਾਰੇ ਆਪਾਂ ਦਿਵਾਂਗ ਖਿਡਾਰੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੀ ਗੱਲਾਂ ਦੇ ਪਤਾ ਲੱਗਿਆ ਉਹਨਾਂ ਵਿੱਚ ਕਿੰਨਾ ਜਨੂੰਨ ਅਤੇ ਕਿੰਨਾ ਜਜ਼ਬਾ ਹੈ ਅਤੇ ਉਹਨਾਂ ਨੂੰ ਇਸ ਜਨੂੰਨ ਨੂੰ ਪੂਰਾ ਕਰਨ ਲਈ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਮੀਦ ਕਰਦਾ ਕਿ ਉਹਨਾਂ ਦੇ ਸੁਪਨੇ ਪੂਰੇ ਹੋਣ ਅਤੇ ਮੈਨੂੰ ਬਲਜੀਤ ਨੂੰ ਦੇਵ ਆ ਗਿਆ ਬਹੁਤ ਬਹੁਤ ਧੰਨਵਾਦ।